ਪੰਜਾਬ ਐਸਸੀ ਕਮਿਸ਼ਨ ਦੇ ਚੇਅਰਮੈਨ ਰਾਜੇਸ਼ ਬੱਗਾ ਵੱਲੋਂ ਅੱਜ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਗਿਆ ਕਿ ਸਿੱਖਿਆ ਵਿਭਾਗ ਅਤੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਅਧਿਕਾਰੀਆਂ ਨੂੰ ਬੁਲਾਇਆ ਗਿਆ ਸੀ, ਜਿਸ ਵਿੱਚ ਉਹਨਾਂ ਨੇ 31 ਮਈ ਤੱਕ ਸਰਕਾਰੀ ਸਕੂਲਾਂ ਵਿੱਚ ਕਿਤਾਬਾਂ ਪੂਰੀ ਤਰ੍ਹਾਂ ਮੁਹੱਈਆ ਕਰਾਉਣ ਦੀ ਤਾਕੀਦ ਦਿੱਤੀ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਤੇ ਸਿੱਖਿਆ ਵਿਭਾਗ ਦਾ ਕਹਿਣਾ ਹੈ ਕਿ ਸਕੂਲਾਂ ਵਿੱਚ ਪੁਰਾਣੀਆਂ ਕਿਤਾਬਾਂ ਭੇਜ ਦਿੱਤੀਆਂ ਗਈਆਂ ਨੇ, ਜਿਸ ਕਾਰਨ ਬੱਚਿਆਂ ਦੀ ਪੜ੍ਹਾਈ ਦਾ ਕੋਈ ਨੁਕਸਾਨ ਨਹੀਂ ਹੋ ਰਿਹਾ, ਜਿਸ ਤੇ ਕਮਿਸ਼ਨ ਵੱਲੋਂ ਸਹੀ ਰਿਪੋਰਟ ਪੇਸ਼ ਕਰਨ ਲਿਖਿਆ ਗਿਆ। ਇਸ ਤੋਂ ਇਲਾਵਾ ਬੋਰਡ ਦਾ ਨਤੀਜਾ ਸਹੀ ਨਾ ਆਉਣ ਤੇ ਵੀ ਕਮਿਸ਼ਨ ਵੱਲੋਂ ਜਵਾਬ ਮੰਗਿਆ ਗਿਆ। ਐਜੂਕੇਸ਼ਨ ਡਿਪਾਰਟਮੈਂਟ ਅਤੇ ਪੰਜਾਬ ਸਿੱਖਿਆ ਬੋਰਡ ਨੂੰ ਬੁਲਾਇਆ ਗਿਆ ਸੀ, ਜਿਹਦੇ ਵਿੱਚ ਉਹਨਾਂ ਨੂੰ 31 ਤਰੀਕ ਤੱਕ ਬੌਂਡ ਕੀਤਾ ਵੀ ਤੁਸੀਂ ਉਦੋਂ ਤੱਕ ਕਿਤਾਬਾਂ ਦਾ ਹੱਲ ਕਰਕੇ ਕਮਿਸ਼ਨ ਨੂੰ ਦੱਸੋ, ਨਹੀਂ ਤਾਂ ਫਿਰ ਕਮਿਸ਼ਨ ਇਹ 'ਤੇ ਡਿਸੀਜਨ ਕਰੂਗਾ। ਅਤੇ 31 ਤਰੀਕ ਦਾ ਉਹਨਾਂ ਨੇ ਅੱਜ ਸਮਾਂ ਲਿਆ ਅਤੇ ਨਾਲ ਉਹਨਾਂ ਨੇ ਜਿਹੜਾ ਜਵਾਬ ਲਿਖਿਆ ਸੀ ਉਹਦੇ ਵਿੱਚ ਉਹਨਾਂ ਨੇ ਇਹ ਵੀ ਲਿਖਿਆ ਵੀ ਕਿਤਾਬਾਂ ਬੱਚਿਆਂ ਨੂੰ ਬਹੁਤ ਸਾਰੀਆਂ ਪੁਰਾਣੀਆਂ ਇਕੱਠੀਆਂ ਕਰਕੇ ਦੇ ਦਿੱਤੀਆਂ ਗਈਆਂ ਅਤੇ ਪੜ੍ਹਾਈ ਦਾ ਨੁਕਸਾਨ ਨਹੀਂ ਹੋ ਰਿਹਾ। ਅਤੇ ਮੈਂ ਉਹਨਾਂ ਨੂੰ ਇਹ ਵੀ ਪੁੱਛਿਆ ਵੀ ਜੇ ਪੜ੍ਹਾਈ ਦਾ ਨੁਕਸਾਨ ਹੀ ਨਹੀਂ ਹੋ ਰਿਹਾ ਫਿਰ ਆਪਾਂ ਕਿਤਾਬਾਂ ਛਪਾਉਣੀਆਂ ਕਦੇ ਨਵੀਆਂ, ਵੀ ਫਿਰ ਤਾਂ ਸਰਕਾਰ ਦਾ ਪੈਸਾ ਕਿਉਂ ਦੁਰਵਰਤੋਂ ਹੋ ਰਹੀ ਹੈ, ਵੀ ਜਾਂ ਤੁਹਾਡੀ ਰਿਪੋਰਟ ਅਧੂਰੀ ਆ, ਕਿਉਂਕਿ ਸਾਡੇ ਕਮਿਸ਼ਨ ਦੇ ਮੈਂਬਰਾਂ ਨੂੰ ਬਹੁਤ ਸਾਰੇ ਲੋਕ ਹਲੇ ਫੋਨ ਕਰ ਰਹੇ ਆ ਜਿਹੜੇ ਬੱਚੇ ਕਹਿ ਰਹੇ ਵੀ ਸਾਨੂੰ ਕਿਤਾਬਾਂ ਨਹੀਂ ਮਿਲੀਆਂ।